ਸਰ ਹਾਂ ਇਹ 6.5 ਲੱਖ ਰੁਪਈਏ ਦਾ ਇਕੱਲਾ ਕਾਇਮ ਆ ਨਾ, ਇਹ ਉਦੋਂ ਪੈਂਦਾ ਸੀ ਤਕਰੀਬਨ ਮੇਰੇ ਹਿਸਾਬ ਨਾਲ ਕੋਈ 13-13.5 ਦਾ ਪੈਂਦਾ ਸੀ, ਤੇ ਕੈਬਨ ਸਮੇਤ ਪਿਆ ਫਿਰ 18.5 ਲੱਖ 18.5 ਲੱਖ ਹਾਂ, ਤੇ ਹੁਣ ਤਾਂ ਸਾਡੇ ਇਹਦੇ 15 ਹਲਾਂ ਦੇ 2-3 ਤਾਂ ਫਲੇ ਵੀ ਗਵਾਚ ਗਏ, ਤੇ ਸਾਨੂੰ ਇਹਨੇ ਪਹਿਲਾਂ ਉਹ ਗੱਲ ਜੀ ਬਣੀ ਨਾ ਚੱਕਰ ਤੋੜੀ ਜਾਣੇ 350-350 ਚੱਕਰ ਤੋੜਨਾ, ਤੇਲ ਵੀ ਵੱਧ ਖਾਂਦਾ ਸੀ, ਤੇਲ ਫਿਰ ਵੱਧ ਖਾਂਦਾ ਸੀ, ਧੂੰਆਂ ਮਾਰਦਾ ਹੀ ਟਰੈਕਟਰ ਦੱਬਦਾ ਸੀ, ਤਕਰੀਬਨ ਘੰਟੇ ਦਾ ਲੀਟਰ 1.25 ਲੀਟਰ 1.5 ਲੀਟਰ ਵਾਂਗੂ ਜੇ ਆਪਾਂ ਆਪ ਥੋੜ੍ਹਾ ਮਤਲਬ ਕਿ 1600-1700 ਤੇ ਵਾਹੀਏ, ਕਿੰਨੇ 1.5 ਲੀਟਰ 15 ਹਲਾਂ 'ਤੇ 15 ਹਲਾਂ 'ਤੇ ਹਾਂ 1.5 ਲੀਟਰ ਘੰਟੇ ਦਾ ਘਟਾ ਗਿਆ ਤੇਲ। ਪਹਿਲਾਂ ਰੂਟਰ 'ਚ ਉਹ ਆਉਂਦੇ ਵੀ ਜੇ ਤੁਸੀਂ ਕੈਮਨ 'ਚ ਲੈਣਾ ਹਾਂਜੀ ਤਾਂ ਤੁਹਾਨੂੰ ਇਹ ਰੂਟਰ ਪੰਪ ਮਿਲੂਗਾ, ਠੀਕ ਹੈ, ਜੇ ਤੁਸੀਂ ਬਿਨਾਂ ਕੈਮਨ ਤੋਂ ਲਓਗੇ ਤਾਂ ਤੁਹਾਨੂੰ ਫਿਰ ਅਸੀਂ ਮੈਕੋ 'ਚ ਦੇ ਦਿਆਂਗੇ। ਹਾਂ ਅਤੇ ਏ ਸੀ ਕੈਮਨ ਦਾ ਕਿਵੇਂ ਨਜ਼ਾਰਾ ਬਈ? ਏ ਸੀ ਤਾਂ ਮੈਂ ਕਹਿੰਦਾ ਜਮਾਂ ਸਵਾਦ ਵਾਲੀ ਗੱਲ, ਇੰਨਾ ਸਿਰਾ ਕੰਮ ਆ ਨਾ, ਜੇ ਇਹੋ ਜਿਹਾ ਤੁਸੀਂ ਨੋਵਾ 'ਚ ਬਹਿ ਗਏ ਅਤੇ ਜੇ ਇਹੋ ਜਿਹਾ ਇਹਦੇ 'ਚ ਬਹਿ ਗਏ, ਇਹਦੇ 'ਚ ਬਹਿ ਗਏ, ਹਾਂ ਉਹ ਇੱਕੋ ਗੱਲ ਹੀ ਹੈ। ਮੈਂ ਕਹਿੰਦਾ ਇੱਕੋ ਗੱਲ ਆ ਤੁਹਾਨੂੰ ਇੱਕ, ਇਹ ਹੁਣ ਇਹਦੇ 'ਚ ਕਮੀ ਆ, ਇਹ 'ਚ ਵੀ ਹੁਣ ਆਪਾਂ ਨੂੰ ਕਮੀ ਉਹਨਾਂ ਨੂੰ ਦੱਸਾਂਗੇ, ਹਾਂਜੀ, ਅਤੇ ਜੇ ਹੋ ਸਕਦਾ ਇੱਕ ਅਗਲਿਆਂ 'ਚ ਕੱਢ ਦੇਣ ਤਾਂ ਕੱਢ ਦੇਣ, ਇਹਦੇ 'ਚ ਆਹ ਕਮੀ ਆ ਜੀ, ਨਾਲ ਖਹਿੰਦਾ ਨਹੀਂ ਲੱਗਦਾ, ਇਹਦੇ ਵਿੱਚ ਜਦੋਂ ਮਿੱਟੀ ਪਈ ਜਾਂਦੀ ਆ ਹਾਂਜੀ ਇਹ ਸਾਰਾ ਵੱਢਿਆ ਜਾਂਦਾ ਇੱਥੋਂ, ਠੀਕ ਹੈ, ਦੇਖੋ ਪਰ ਇਹਦੇ ਸਟੇਟਰ 'ਚ ਵੀ ਕੋਈ ਕਮੀ ਨਹੀਂ ਗੀ, ਇਹ ਤਾਂ ਬਈ ਦੂਜੇ ਆ ਗਏ ਨਾ ਇਹਦੇ 'ਚ, ਇਹਦੇ 'ਚ ਇੰਨੀ ਫੁਰਤੀ ਆ ਨਾ ਜਿੰਨੀ ਹੁਣ ਇਹਦੇ 'ਚ ਫੁਰਤੀ ਬਣੀ ਆ ਨਾ, ਹਾਂਜੀ ਇਹਦੇ 'ਚ ਪਹਿਲਾਂ ਹੀ ਇੰਨੀ ਫੁਰਤੀ ਆਈ ਆ, ਠੀਕ ਆ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ, ਸੋ ਸਵਾਗਤ ਹੈ ਇੱਕ ਹੋਰ ਵਧੀਆ ਵੀਡੀਓ ਦੇ ਵਿੱਚ। ਮਿੱਤਰੋ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ, ਜੌਨ ਡੀਅਰ 50-75 ਅਤੇ ਇੱਕ ਟਰੈਕਟਰ ਹੈ 51-05, ਪਰ ਜਿਹੜੇ ਬਾਈ ਕੋਲ ਆਏ ਆ ਤੁਸੀਂ ਸਾਰੇ ਜਾਣਦੇ ਹੋਵੋਗੇ, ਮਾਨ ਫਾਰਮ ਕੋਟਕਪੂਰਾ। ਬਾਈ ਨੇ ਇੱਕ ਨਾ ਗੱਲ ਕਹੀ ਸੀਗੀ, ਕਹਿੰਦਾ ਵੀ ਇਹ ਜੌਨ ਡੀਅਰ ਕੰਪਨੀ ਸਾਡੀ ਸੁਣ ਲਏ ਤਾਂ ਸਾਨੂੰ ਮੋਡੀਫਿਕੇਸ਼ਨ ਕਰਵਾਉਣ ਦੀ ਵੀ ਲੋੜ ਨਾ ਪਵੇ। ਵੈਸੇ ਇਹ ਟਰੈਕਟਰ ਬਾਈ ਜੱਗੇ ਬੋਸ ਨੇ ਕੀਤਾ ਹੋਇਆ ਮੋਡੀਫਾਈ, ਅਤੇ ਇਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ, ਟਰੈਕਟਰ ਦਾ ਰਿਵਿਊ ਵੀ ਦੇਵਾਂਗੇ, ਸਾਰੀ ਜਾਣਕਾਰੀ ਦੇਵਾਂਗੇ। ਸੋ ਆਜੋ ਮਿਲਾਉਂਦੇ ਹਾਂ ਬਾਈ ਪਰਮਜੀਤ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਹੋ ਬਾਈ? ਬਹੁਤ ਵਧੀਆ ਜੀ। ਅੱਜ ਤਾਂ ਬਾਈ ਗੋਤੀ ਫਿਰ ਮਿਲ ਗਈ ਹੈ ਨਾ? ਹਾਂਜੀ, ਮਾਣ ਹੋਈ ਪਈ ਆ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਲਈ, ਹੈ ਨਾ, ਅਤੇ ਬਾਈ ਕੋਲ ਵੀ ਸਮਾਂ ਨਹੀਂ ਹੁੰਦਾ ਹੈ ਨਾ, ਵਿੱਚ ਦੀ ਟਾਈਮ ਕੱਢਿਆ ਗਾ, ਅਤੇ ਹੋਰ ਠੀਕ ਹੋ ਬਾਈ? ਹਾਂਜੀ ਹਾਂਜੀ। ਬਾਈ ਦਾ ਬਲਜਿੰਦਰ ਦਾ ਸਵਾਗਤ ਆ ਸਾਡੇ ਮਾਨ ਫਾਰਮ ਦੇ ਵਿੱਚ ਪਹੁੰਚਣ 'ਤੇ, ਅਤੇ ਪੂਰੀ ਗੱਲਬਾਤ ਬਾਈ ਦੀ ਜੌਨ ਡੀਅਰ ਦੇ ਬਾਰੇ ਆਪਾਂ ਕਰਾਂਗੇ ਅੱਜ, ਅਤੇ ਕਰਨਗੇ ਬਾਈ ਸਵਾਲ ਅਤੇ ਆਪਾਂ ਵੀ ਫਿਰ ਦੱਸਾਂਗੇ ਵੀ ਕੀ ਇਹਦੇ ਵਿੱਚ ਕਮੀਆਂ ਅਤੇ ਕੀ ਇਹਦੇ 'ਚ ਖੂਬੀਆਂ। ਹਾਂਜੀ ਬਿਲਕੁਲ, ਅਤੇ ਸਟਾਰਟਿੰਗ ਹੀ ਮੈਂ ਐਂ ਕਰ ਲੈਂਦਾ ਬਾਈ, ਹੈ ਨਾ, ਇੱਕ ਮੈਂ ਤੁਹਾਡੀ ਰੀਲ ਵੀ ਦੇਖੀ ਸੀ ਬਾਈ ਦਾ, ਹੈ ਨਾ, ਪੇਜ 'ਤੇ ਪਾਉਂਦੇ ਰਹਿੰਦੇ ਆ ਬਾਈ, ਹੈ ਨਾ, ਇੰਸਟਾਗ੍ਰਾਮ 'ਤੇ ਵੀ ਜੇ ਸਾਡੀ ਕੰਪਨੀ ਸੁਣਦੀ ਰਹੇ ਤਾਂ ਮਤਲਬ ਸਾਨੂੰ ਮੋਡੀਫਿਕੇਸ਼ਨ ਕਰਵਾਉਣ ਦੀ ਲੋੜ ਨਹੀਂ ਪਵੇ। ਹਾਂਜੀ, ਵੀ ਐਡੇ ਤਕੜੇ ਟਰੈਕਟਰ ਆ, ਮਤਲਬ 75 ਹਾਰਸ ਪਾਵਰ ਦਾ ਟਰੈਕਟਰ ਹੋਊਗਾ ਨਾ ਬਈ? ਹਾਂਜੀ। ਅਤੇ ਫਿਰ ਵੀ ਤੁਸੀਂ ਇਹਦੀ ਮੋਡੀਫਿਕੇਸ਼ਨ ਕਰਵਾਈ ਵੀ ਜ਼ੋਰ ਵੱਧ ਲਾਵੇ, ਘੱਟ ਲਾਉਂਦਾ ਸੀ ਬਾਈ ਜ਼ੋਰ? ਇਹ ਬਸ ਡੈੱਕ 'ਤੇ ਨੂੰ ਇਹੀ ਸੀ ਵੀ ਕੰਪਨੀ ਨੂੰ ਜਦੋਂ ਅਸੀਂ ਇਹ 2018 'ਚ ਟਰੈਕਟਰ ਲਿਆ, 2018 ਮਾਡਲ 18 ਮਾਡਲ, ਠੀਕ ਹੈ ਬਾਈ, ਕੰਪਨੀ ਨਾਲ ਸਾਡਾ ਪਹਿਲਾਂ ਇਹੀ ਸੀਗਾ ਵੀ ਸਾਨੂੰ ਮਤਲਬ ਕਿ ਮੈਕੋ ਪੰਪ ਚਾਹੀਦਾ। ਮਾਈਕੋ? ਹਾਂ, ਇਹ ਰੂਟਰ 'ਚ ਸੀ? ਇਹ ਰੂਟਰ 'ਚ ਸੀ, ਠੀਕ ਹੈ ਬਾਈ। ਰੂਟਰ 'ਚ ਉਹ ਆਉਂਦੇ ਵੀ ਜੇ ਤੁਸੀਂ ਕੈਮਨ 'ਚ ਲੈਣਾ, ਹਾਂਜੀ, ਤਾਂ ਤੁਹਾਨੂੰ ਇਹ ਰੂਟਰ ਪੰਪ ਮਿਲੂਗਾ, ਠੀਕ ਹੈ, ਜੇ ਤੁਸੀਂ ਬਿਨਾਂ ਕੈਮਨ ਤੋਂ ਲਓਗੇ ਤਾਂ ਤੁਹਾਨੂੰ ਫਿਰ ਅਸੀਂ ਮੈਕੋ 'ਚ ਦੇ ਦਿਆਂਗੇ। ਅੱਛਾ, ਅਸੀਂ ਆਖਿਆ ਵੀ ਲੈਣਾ ਤਾਂ ਕੈਮਨ ਆ, ਕਿਉਂਕਿ ਵਾਹੀ ਆਪਾਂ ਬਾਈ ਸ਼ੌਂਕ ਨਾਲ ਕਰਦੇ ਹਾਂ, ਠੀਕ ਹੈ ਬਾਈ, ਅਤੇ ਫਿਰ ਸ਼ੌਂਕ ਦੇ ਜੇ ਸੰਦ ਵੀ ਸ਼ੌਂਕ ਨਾਲ ਰੱਖੇ ਹੋਣਗੇ ਤਾਂ ਬਾਈ ਆਟੋਮੈਟਿਕ ਹੀ ਫਿਰ ਤੁਹਾਨੂੰ ਪਤਾ ਵੀ ਸਾਰਾ ਕੁਝ ਸਹੀ ਹੋ ਜਾਂਦਾ, ਸਹੀ ਹੋ ਜਾਂਦਾ। ਪਰ ਗੱਲ ਇਹਦੇ 'ਚ ਇਹ ਸੀਗੀ ਵੀ ਰੂਟਰ ਪੰਪ 'ਚ ਫਿਰ ਸਾਨੂੰ ਲੈਣਾ ਪਿਆ, ਕੰਪਨੀ ਨੇ ਉਦੋਂ ਸਾਡੀ ਨਹੀਂ ਸੁਣੀ, ਬਿਲਕੁਲ ਬਾਈ, ਅਤੇ ਫਿਰ ਜਦੋਂ ਇਹ ਅਸੀਂ ਲੈ ਲਿਆ 5 ਸਾਲ ਫਿਰ ਇਹਦੀ ਵਾਰੰਟੀ ਸੀਗੀ, ਠੀਕ ਹੈ, ਅਸੀਂ ਫਿਰ ਇਹਨੂੰ ਖਿਲਾ ਨਹੀਂ ਸਕੇ 5 ਸਾਲਾਂ ਬਾਅਦ ਫਿਰ ਜਦੋਂ ਸਾਨੂੰ
ਇਹਨੇ ਪਹਿਲਾਂ ਉਹ ਗੱਲ ਜੀ ਬਣੀ ਨਾ, ਚੱਕਰ ਤੋੜੀ ਜਾਣੇ 350-350 ਚੱਕਰ ਤੋੜਨਾ, ਤੇਲ ਵੀ ਵੱਧ ਖਾਂਦਾ ਸੀ, ਤੇਲ ਫਿਰ ਵੱਧ ਖਾਂਦਾ, ਧੂੰਆਂ ਮਾਰਦਾ ਹੀ ਟਰੈਕਟਰ ਦੱਬਦਾ ਸੀ, ਬਿਲਕੁਲ ਧੂੰਆਂ ਮਾਰ ਕੇ ਦੱਬ ਕੇ ਚੱਲਣਾ ਤੇ ਚੀਜ਼ ਆਟੋਮੈਟਿਕ, ਤੇਲ ਤਾਂ ਫਿਰ ਵੱਧ ਖਾਣਾ ਹੀ ਸੀ। ਹੌਲੀ 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 ਫਿਰ ਅਸੀਂ ਬਾਈ ਜੱਗੇ ਬੋਸ ਨਾਲ ਸੰਪਰਕ ਕੀਤਾ, ਠੀਕ ਹੈ, ਤੇ ਉਹਦੇ ਨਾਲ ਜਦੋਂ ਸੰਪਰਕ ਹੋਇਆ ਉਹਨਾਂ ਦਾ ਵੀ ਮੇਰੀ ਬਾਈ ਜੀ 10 ਮਹੀਨਿਆਂ ਦੀ ਬੁਕਿੰਗ ਆ, ਠੀਕ ਹੈ ਬਾਈ, 10 ਮਹੀਨਿਆਂ ਬਾਅਦ ਤੁਹਾਨੂੰ ਟਰੈਕਟਰ ਆ ਜਿਹੜਾ ਮੋਡੀਫਾਈ ਕਰਕੇ ਦੇਵਾਂਗੇ। ਚਲੋ ਅਸੀਂ ਬੁਕਿੰਗ ਕਰਾ ਕੇ ਆ ਗਏ, ਸਾਡੇ ਤੋਂ ਪੈਸਾ ਉਹਨੇ ਬਾਈ ਨੇ ਕੋਈ ਨਹੀਂ ਲਿਆ, ਉਹਦਾ ਬਈ ਟਰੈਕਟਰ ਤੁਹਾਡਾ ਚੱਲਦਾ ਤੁਹਾਨੂੰ ਐਂ ਵਿਖਾ ਕੇ ਤਸੱਲੀ ਕਰਾ ਕੇ ਤੁਹਾਡਾ ਮਨ ਜਮ੍ਹਾਂ ਕਰਕੇ ਖੁਸ਼, ਫਿਰ ਪੈਸੇ ਲਊਂਗਾ, ਉਹਨਾਂ ਚਿਰ ਕੋਈ ਪੈਸਾ ਨਹੀਂ ਲਿਆ, ਠੀਕ ਹੈ ਬਾਈ। ਅਸੀਂ 8-10 ਮਹੀਨਿਆਂ ਬਾਅਦ ਸਦੋਂ ਜਦੋਂ ਸਾਡਾ ਟਾਈਮ ਆ ਗਿਆ ਸੀ ਟਰੈਕਟਰ ਉਹਦੇ ਕੋਲ ਬਾਈ ਕੋਲ ਛੱਡ ਕੇ ਆਏ, ਸਾਨੂੰ ਉਹਨੇ 50 ਦਿਨਾਂ ਬਾਅਦ ਆ ਜਿਹੜਾ ਟਰੈਕਟਰ ਇਹ ਓਕੇ ਕਰਕੇ ਜਦੋਂ ਸਾਨੂੰ ਸੱਦਿਆ ਉੱਥੇ, ਪਹਿਲਾਂ ਚੈੱਕ ਜਦੋਂ ਛੱਡ ਕੇ ਆਏ ਉਦੋਂ ਚੈੱਕ ਕੀਤਾ, ਫਿਰ ਉਹਨਾਂ ਨੇ ਓਕੇ ਕਰਕੇ ਸਾਨੂੰ ਸੱਦਿਆ। ਉਹੀ ਟਰੈਕਟਰ ਜਿਹੜਾ ਯਾਰ 15 ਹਲਾਂ 'ਤੇ ਕੋਈ ਗਾਸੇ ਨਹੀਂ ਮਾਰਨੇ ਪਏ ਅਤੇ ਚੱਕਰ ਵੀ ਨਹੀਂ ਤੋੜੇ। ਇੰਨੇ ਚੱਕਰ ਤੋੜਦਾ ਹੁਣ, ਪਹਿਲਾਂ 350 ਤੋੜਦਾ ਸੀ, ਹੁਣ 50-100 ਤੋੜਦਾ, ਪਰ ਲੀਵਰ ਥੱਲੇ ਲਾ ਕੇ ਛੱਡਦੇ, ਹੁਣ ਅੱਗੇ ਲੀਵਰਾਂ ਨੂੰ ਹੱਥ ਮਾਰਨਾ ਪੈਂਦਾ ਸੀ, ਬਿਲਕੁਲ ਬਈ, ਹਾਂ, ਅਤੇ ਹੁਣ ਤਾਂ ਸਾਡੇ ਇਹਦੇ 15 ਹਲਾਂ ਦੇ 2-3 ਤਾਂ ਫਲੇ ਵੀ ਗਵਾਚ ਗਏ, ਠੀਕ ਹੈ। ਉਹ ਗੱਲ ਹੋ ਗਈ, ਇੱਕ ਮੈਂ ਪਾਈ ਸੀ ਰੀਲ, ਬਾਈ ਕਹਿੰਦਾ ਇਹਦੇ ਮਗਰ ਤਾਂ ਚੁੱਕ ਕੇ ਲਿਆਉਣੇ ਪੈਣਗੇ, ਹਲ ਮਾੜੇ ਹਲ ਤਾਂ ਪਾ ਦੀ, ਹੈ ਨਾ, ਉਹ ਗੱਲ ਹੋ ਗਈ ਹੁਣ ਤਾਂ। ਅਤੇ ਬਾਕੀ ਰਹਿ ਗਈ ਗੱਲ ਕੰਪਨੀ ਦੀ, ਹਾਂ, ਕੰਪਨੀ ਨੇ ਹੁਣ ਚੱਲ ਸਾਡੀ ਹੋ ਸਕਦਾ ਉਦੋਂ ਦੀ ਜਿਹੜੀ ਰਿਕੁਐਸਟ ਸੀਗੀ ਉਹਨਾਂ ਕੋਲ ਪਹੁੰਚੀ, ਹਾਂਜੀ, ਹੁਣ ਕੰਪਨੀ ਨੇ CRD ਵੀ ਕਰਤਾ, CRD, ਹਾਂ, ਧੂੰਆਂ ਵੀ ਛੱਡ ਗਿਆ, ਹਾਂਜੀ, ਪੰਪ ਵੀ ਮੈਕੋ ਆ ਗਿਆ, ਹਾਂਜੀ, ਅਤੇ ਜਿਹੜੀ ਤਾਕਤ ਵੀ ਦੁੱਗਣੀ ਹੋ ਗਈ, ਪੈਕਅਪ ਵੀ ਦੁੱਗਣੀ, ਜਿਹੜਾ ਮਤਲਬ ਕਹਿਣ ਦਾ ਭਾਵ ਤੁਹਾਡੇ ਇਹ ਆ ਵੀ ਜਿਹੜਾ ਪਹਿਲਾਂ ਵਾਲੇ ਮਾਡਲ ਸੀਗੇ ਜਿਵੇਂ, ਹਾਂਜੀ, ਰੂਟਰੀ ਪੰਪ ਵਾਲੇ ਨੌਨ CRD, ਹਾਂਜੀ, ਉਹ ਥੋੜ੍ਹੇ ਦੱਬਦੇ ਸੀਗੇ, ਜਿਹੜੇ CRDI ਆ ਗਏ ਉਹ ਦੱਬਦੇ ਨਹੀਂ, ਉਹ ਮਤਲਬ ਨਹੀਂ ਦੱਬਦੇ, ਕੰਪਲੇਟ ਹੈ ਨਹੀਂ, ਕੰਪਲੇਟ ਉਹਨਾਂ ਨੂੰ। ਹੁਣ ਇੱਕ ਚੀਜ਼ ਹੋਰ ਬਾਈ, ਹੈ ਨਾ, ਵੀਡੀਓ 'ਚ ਦੱਸਦਾ ਕਈ ਭਰਾਵਾਂ ਨੂੰ ਐਂ ਲੱਗੂ ਵੀ ਕਣੀ ਇਹ ਟਰੈਕਟਰ ਨੂੰ ਕੋਈ ਨੀਚਾ ਦਿਖਾ ਰਹੇ ਹਾਂ ਜਾਂ ਕੰਪਨੀ, ਟਰੈਕਟਰ ਸਾਰੇ ਵਧੀਆ ਹੁੰਦੇ, ਹੈ ਨਾ, ਅਤੇ ਅਸੀਂ ਤਾਂ ਇੱਕ ਬਾਈ ਪਰਫੋਰਮੈਂਸ ਦੀ ਜਾਂ ਰਿਵਿਊ ਦੇ ਰਹੇ ਹਾਂ, ਜਿਹੜਾ ਬਾਈ ਨੂੰ ਦਿੱਕਤ ਆਈ ਸੀ ਜਾਂ ਉਹ ਬਾਈ ਨੇ ਸੋਲਵ ਕੀਤੀ ਹੈ, ਅਤੇ ਹੁਣ ਜਿਹੜੀ ਕੰਪਨੀ ਨੇ ਵੀ ਸੁਧਾਰ ਕੀਤਾ ਗਾ, ਹੈ ਨਾ ਬਾਈ, ਹਾਂਜੀ, ਹਾਂ, ਬਿਲਕੁਲ। ਅਤੇ ਇਹ ਹੁਣ ਇਹਦੇ 'ਚ ਜੇ ਆਪਾਂ, ਚਲੋ ਇਹ ਤਾਂ ਅਸੀਂ ਦਿੱਕਤ ਕੱਢਤੀ, ਆਹ ਆਪਣੇ ਕੋਲ 51-05 ਆ, ਇਹ ਕਿਉਂਕਿ ਬ੍ਰਾਂਡ ਆ ਇਹ ਬਾਈ ਜੀ, ਹਾਂਜੀ ਹਾਂਜੀ, ਬ੍ਰਾਂਡ ਰੱਖੀਦਾ, ਠੀਕ ਹੈ, ਅਤੇ ਇਹ ਹੁਣ ਇਹਦੇ 'ਚ ਕਮੀ ਆ, ਇਹ ਵੀ ਹੁਣ ਆਪਾਂ ਨੂੰ ਕਮੀ ਉਹਨਾਂ ਨੂੰ ਦੱਸਾਂਗੇ, ਹਾਂਜੀ, ਅਤੇ ਜੇ ਹੋ ਸਕਦਾ ਜੇ ਇੱਕ ਅਗਲਿਆਂ 'ਚ ਕੱਢ ਦੇਣ ਤਾਂ ਕੱਢ ਦੇਣ। ਆਹ ਹੁਣ ਆਪਣਾ ਮੂਹਰਲਾ ਹਿੱਸਾ ਤੁਹਾਨੂੰ ਦਿਖਾਉਂਦੇ ਆ ਜੀ, ਇਹਦੇ 'ਚ ਆਹ ਕਮੀ ਆ ਜੀ, ਨਾਲ ਖਹਿੰਦਾ ਨਹੀਂ ਲੱਗਦਾ, ਇਹਦੇ ਵਿੱਚ ਜਦੋਂ ਮਿੱਟੀ ਪਈ ਜਾਂਦੀ ਆ, ਹਾਂਜੀ, ਇਹ ਸਾਰਾ ਵੱਢਿਆ ਜਾਂਦਾ ਇੱਥੋਂ, ਠੀਕ ਹੈ, ਆਹ ਰੰਗ ਲਿਆ ਰੰਗ ਦੋਨੋਂ ਸਾਈਡ ਹੀ ਆ, ਦੋਵੇਂ ਸਾਈਡਾਂ ਰੰਗ ਲੱਥਾ ਪਿਆ, ਤੁਸੀਂ ਦੇਖ ਸਕਦੇ ਹੋ, ਇੱਧਰ ਵੀ ਦਿਖਾ ਦੀ, ਇੱਧਰਲੇ ਪਾਸੇ ਵੀ, ਆਹ ਹੁਣ ਇਹਦੇ 'ਚ ਆਹ ਸਮੱਸਿਆ ਹੈ, ਅਤੇ ਕੰਪਨੀ ਨੇ ਬਾਈ ਕੋਈ ਕੰਪਨੀ ਨੂੰ ਹੁਣ ਅਸੀਂ ਦੱਸਿਆ ਹੈਗੇ ਭਰਾ ਇੱਥੇ ਏਜੰਸੀ 'ਚ, ਠੀਕ ਹੈ, ਵੀ ਆਹ ਬਾਈ ਇਹਨੂੰ ਆਹ ਕੰਪਨੀ ਨੂੰ ਕੰਪਲੇਂਟ ਦਿਓ ਵੀ ਆਹ ਇੱਥੋਂ ਕਿਉਂ ਵੱਢਿਆ ਜਾਂਦਾ ਸਾਰਾ ਵੱਢੀ ਦਾ, ਦੇਖੋ ਜਿਹੜਾ ਨਾਲ ਖਹਿ ਕੇ ਆਹ ਚੀਜ਼ ਖਹਿ ਕੇ ਚੱਲਦਾ ਇਹ, ਕਿਉਂਕਿ 4x4 'ਚ ਹੋਊਗੀ ਦਿੱਕਤ, ਦੂਜੇ 'ਚ ਨਹੀਂ ਹੋਣੀ, ਹੈ ਨਾ, ਨਹੀਂ 4x4 'ਚ ਹੀ ਆ, ਕਿਉਂਕਿ ਆਹ ਸਪੇਸ ਹੀ ਹੈ ਨਹੀਂ ਜੀ, ਇੱਥੇ ਸਪੇਸ ਹੈ, ਜਾਂ ਤਾਂ ਸਪੇਸ ਦਿੱਤੀ ਜਾਵੇਗਾ ਗੋਡੇ 'ਚ, ਹਾਂ, ਇੱਥੋਂ ਵੱਡੀ ਦਾ ਤੁਰਿਆ ਦੇਖਣ 'ਚ ਵੀ ਕਿਸੇ ਨਾਲ ਆਪਾਂ ਦੂਰੋਂ ਦੇਖਦੇ ਇੱਧਰੋਂ ਐਂ ਲੱਗਦਾ ਉੱਪਰ ਐਂ ਲੱਗਦਾ ਵੀ ਰੰਗ, ਹਾਂਜੀ ਹਾਂਜੀ, ਹੁਣ ਦੇਖੋ ਪਰ ਇਹਦੇ ਸਟੈਟਰ 'ਚ ਵੀ ਕੋਈ ਕਮੀ ਨਹੀਂ ਗੀ, ਇਹ ਤਾਂ ਬਾਈ ਦੂਜੇ ਆ ਗਏ ਨਾ, ਇਹਦੇ 'ਚ ਇੰਨੀ ਫੁਰਤੀ ਆ ਨਾ, ਜਿੰਨੀ ਹੁਣ ਇਹਦੇ 'ਚ ਫੁਰਤੀ ਬਣੀ ਆ ਨਾ, ਹਾਂਜੀ, ਇਹਦੇ 'ਚ ਪਹਿਲਾਂ ਹੀ ਇੰਨੀ ਫੁਰਤੀ ਆਈ ਆ, ਠੀਕ ਆ, 11 ਹਲਾਂ ਦੀ ਖਿਚਾਈ ਆ, ਕੋਈ ਪਰਵਾਹ ਨਹੀਂ, 4x4 ਲਾ ਕੇ, 4x4 ਲਾ ਕੇ, ਇਹ ਕਿੰਨੇ ਹਾਰਸਪਾਵਰ ਦਾ ਬਾਈ? ਇਹ 40 HP ਦਾ, 40 HP ਦਾ, ਹਾਂ, ਮਾਡਲ ਕਿਹੜਾ ਬਾਈ ਇਹ? ਇਹ ਮਾਡਲ ਆਪਣਾ ਹੈਗਾ ਜੀ 23 ਮਾਡਲ ਆ ਜੀ, 23 ਮਾਡਲ, ਹਾਂ, ਤੇ ਇਹ 18 ਮਾਡਲ ਆ, ਇਹ 18 ਹੈ, ਇਹ ਤਾਂ ਮੂਰੇ ਬਾਈ ਖਾਸੇ ਵੇਟ ਵੀ ਪਾਏ ਹੋਏ, ਇਹਦਾ ਕਾਰਨ ਵੇਟ ਫਿਰ ਆਇਆ ਜੀ 4x4 ਆ ਨਾ, ਵੇਟ ਤੋਂ ਬਿਨਾਂ ਤਾਂ ਜੇ ਅੱਗੋਂ ਆਪਾਂ ਸਿਰ ਇਹਦਾ ਨੱਪਾਂਗੇ ਤਾਂ ਫੇਰ ਹੀ ਜ਼ੋਰ ਲਾਊਗਾ ਨਾ,
6 ਕੁਇੰਟਲ ਵੇਟ ਹੋ ਗਈ। ਇਹ ਸਮਝ ਲਓ ਆ ਲਾ ਲਓ ਸਮਝ ਲਓ 65 ਕਿਲੋ ਦਾ ਇਹ ਹੋਊਗਾ ਹੈਗਾ 6.5 ਕੁਇੰਟਲ ਦੇ ਲਾ 6.5 ਕੁਇੰਟਲ ਦੇ ਹਾਂ ਨਟ ਨੁਟ ਪਾ ਕੇ 7.5 ਹੀ ਹੋ ਜਾਊਗਾ ਫਿਰ ਇਹਦੇ ਨਾਲ ਖਚਾਈ ਫੇਰ ਹੀ ਬਣਨੀ ਖਚਾਈ ਜਿੰਨਾ ਕੋ ਟਾਇਰ ਦਬੂਗਾ ਫੇਰ ਹੀ ਜ਼ੋਰ ਮਾਰੂਗਾ ਤੇ ਇਹਦਾ 4x4 ਕੱਢ ਦੋ ਜ਼ੋਰ ਹੀ ਨਹੀਂ ਲਾਉਂਦਾ ਵੀ ਬਿਲਕੁਲ ਹਾਂ ਤੇ ਏਸੀ ਕੈਬਨ ਦਾ ਕਿਵੇਂ ਨਜ਼ਾਰਾ ਬਈ ਏਸੀ ਤਾਂ ਮੈਂ ਕਹਿੰਦਾ ਜਮਾਂ ਸਵਾਦ ਵਾਲੀ ਗੱਲ ਇੰਨਾ ਸਿਰਾ ਕੰਮ ਆ ਨਾ ਜੇ ਇਹੋ ਜਿਹਾ ਤੁਸੀਂ ਨੋਵਾ 'ਚ ਬਹਿ ਗਏ ਤੇ ਜੇ ਇਹੋ ਜਿਹਾ ਇਹਦੇ 'ਚ ਬਹਿ ਗਏ ਇਹਦੇ 'ਚ ਬਹਿ ਗਏ ਹਾਂ ਉਹ ਇੱਕੋ ਗੱਲ ਹੀ ਮੈਂ ਕਹਿੰਦਾ ਇੱਕੋ ਗੱਲ ਆ ਤੁਹਾਨੂੰ ਇੱਕ ਇਹ ਗੱਲ ਸੱਚ ਹੀ ਹੈ ਫਿਰ ਬ੍ਰਾਂਡ ਤਾਂ ਬ੍ਰਾਂਡ ਹੀ ਹੈ ਬਈ ਬ੍ਰਾਂਡ ਬਾਈ ਜੀ ਐਂ ਆ ਹੁਣ ਪਾਸੋਂ ਜਿਹੜੇ ਕੈਮਨ ਲੱਗੀ ਜਾਂਦੇ ਦੇਸੀ ਕੈਮਨ ਲਾਈ ਜਾਂਦੇ ਆ ਉਹਨਾਂ 'ਚ ਵਾਰਬਰੇਸ਼ਨ ਵੀ ਜਾਂਦੀ ਆ ਮਿੱਟੀ ਘੱਟਾ ਵੀ ਜਾਊਗਾ ਹੌਲੀ ਟਾਈਮ ਪੈ ਕੇ ਠੀਕ ਹੈ ਕਿਉਂਕਿ ਨਵੇਂ ਨਵੇਂ 'ਚ ਨਹੀਂ ਜਾਂਦਾ ਕੰਪਨੀ ਬ੍ਰਾਂਡ ਆ 5 ਸਾਲ ਹੋ ਗਏ ਆ ਬਾਈ ਇਹ ਕੰਪਨੀ ਮੇਡ ਆ ਸਰ ਹਾਂ ਇਹ 6.5 ਲੱਖ ਰੁਪਈਏ ਦਾ ਇਕੱਲਾ ਕੈਮਨ ਆ ਇਕੱਲਾ 6.5 ਲੱਖ ਹਾਂ 6.5 ਲੱਖ ਟਰੈਕਟਰ ਬਿਨਾਂ ਕੈਬਨ ਤੋਂ ਕਿੰਨੇ ਦਾ ਪੈਂਦਾ ਸੀ ਉਸ ਟਾਈਮ ਬਾਈ ਇਹ ਉਦੋਂ ਪੈਂਦਾ ਸੀ ਤਕਰੀਬਨ ਮੇਰੇ ਹਿਸਾਬ ਨਾਲ ਕੋਈ 13-13.5 ਦਾ ਪੈਂਦਾ ਸੀ ਅਤੇ ਕੈਬਨ ਸਮੇਤ ਪਿਆ ਫਿਰ 18.5 ਲੱਖ 18.5 ਲੱਖ ਹਾਂ ਇਕੱਲੇ ਕੈਬਨ ਹੀ 6.5 ਲੱਖ 6.5 ਲੱਖ ਦਾ ਕੈਮਨ ਆਹ ਟਰੈਕਟਰ ਉਦੋਂ ਸਮਝ ਲਾ ਵੀ ਜੇ ਲੈਂਦੇ ਤਾਂ ਇੱਕ ਟਰੈਕਟਰ ਹੀ ਆਹ ਟਰੈਕਟਰ ਆ ਜਾਂਦਾ ਆਹ ਟਰੈਕਟਰ ਆਉਂਦਾ ਸੀ ਹਾਂਜੀ ਅਸੀਂ ਇਕੱਲਾ ਕੈਮਨ 'ਤੇ ਇਹ ਪੈਸਾ ਲਾਇਆ ਇਹਦੇ 'ਚ ਇਹੋ ਜਿਹੀ ਕੀ ਖਾਸੀਅਤ ਖਾਸੀਅਤ ਬਾਈ ਜਦੋਂ ਵਾਹਣ ਵਾਹੁੰਦੇ ਹਾਂ ਆਪਾਂ ਹਾਂਜੀ ਕਈ ਭਰਾ ਹੁੰਦੇ ਆ ਤੜਕੇ 4 ਵਜੇ ਉੱਠਦੇ ਆ ਵੀ ਚੱਲ ਗਏ ਦਾ ਉਹਦਾ ਵਾਹਣ ਬਾਈਏ ਬਿਲਕੁਲ ਬਾਈ ਅਤੇ ਇਹਦਾ ਸਵਾਦ ਹੀ ਦੁਪਹਿਰੇ ਜੇ ਵਾਹੁਣਦਾ ਆਉਂਦਾ ਹਾਂ ਇਹ ਵੀ ਹੈ ਠੰਡਾ ਅਠਾਰ ਜਦੋਂ ਮਰਜ਼ੀ ਨਿਕਲ ਅਤੇ ਜਦੋਂ ਮਰਜ਼ੀ ਵੜ ਵੇਚਦੇ ਬਾਈ LCD ਲੱਗੀ ਵੀ ਆਪਣੀ ਠੀਕ ਹੈ ਇੱਕ ਉਹ ਕੀ ਚੀਜ਼ ਆ ਬਾਈ ਉਹ ਸਾਹਮਣੇ ਜੋਇਸਟਿਕ ਟਾਈਪ ਜੀ ਬਣੀ ਹੋਈ ਆ ਉਹ ਸਾਹਮਣੇ ਕਿੱਧਰਲੇ ਉਹ ਵਾਲੀ ਸਾਈਡ ਬਾਈ ਉਹ ਗੇਅਰ ਆ ਜੀ ਅੱਛਾ ਹਾਂ ਇਹ ਕੰਪਨੀ ਵੱਲੋਂ ਇਸ ਟਾਈਪ ਦਾ ਹੀ ਆਇਆ ਇਹ ਮਾਡਲ ਦੇ ਗੇਅਰ ਹੀ ਹੋਰ ਉਧਰਲੇ ਪਾਸੇ ਦਿੱਤਾ ਨਹੀਂ ਤਾਂ ਜੌਂਡੀਅਰ ਦੇ ਇਧਰਲੇ ਪਾਸੇ ਵੀ ਗੇਅਰ ਆਉਂਦਾ ਆ ਹਾਈ ਲੋ ਵਾਲਾ ਹਾਂ ਇਹਦੇ ਇੱਕ ਸਾਈਡ ਦੇ ਤੇ ਇੱਕੋ ਸਾਈਡ ਤੇ ਠੀਕ ਹੈ ਇੱਕੋ ਸਾਈਡ ਤੇ ਇਹਦੇ ਗੇਅਰ ਆ ਤੇ ਇਹ ਤਾਂ ਜਿਵੇਂ ਆਪਾਂ ਕਹਿ ਦਿੰਦੇ ਵੀ ਹਾਂ 3 ਸਪੀਡ ਆ ਗਿਆ 3 ਸਪੀਡ ਹਾਂਜੀ ਤੇ ਇੱਧਰ ਆ ਗਿਆ ਮੇਨ ਆਪਾਂ ਕਹਿ ਲਈ ਵੀ ਕੰਟਰੋਲ ਗੇਅਰ ਆ ਗਿਆ ਹਾਂਜੀ ਇੱਧਰ ਲਿਫਟ ਕੰਟਰੋਲ ਆ ਗਏ ਹਾਂਜੀ ਹਾਂਜੀ ਤੇ ਬਾਕੀ ਆ ਬਾਕੀ ਆ ਆਪਣੀ LCD ਆ ਗਈ ਅੱਛਾ ਇਹ ਤਾਂ ਮਤਲਬ ਆ ਕਹਿ ਲਈ ਵੀ ਬਾਅਦ ਵਿੱਚ ਤੁਸੀਂ ਬਾਅਦ ਚ ਜਿਵੇਂ ਕੋਈ ਜਨਰੇਟਰ ਤੇ ਆਪਾਂ ਟਰੈਕਟਰ ਇਹ ਲਾ ਦਈਏ ਕੋਈ 2-4 ਘੰਟੇ ਖੜਾ ਰਹੇ ਹਾਂਜੀ ਹਾਂਜੀ ਤੇ ਆਪਾਂ ਵਿੱਚ ਬੈਠੇ ਬਹਿ ਕੇ ਨਾਲੇ ਕੋਈ LCD ਵਗੈਰਾ ਕੋਈ ਫਿਲਮ ਵੇਖਣੀ ਤੁਸੀਂ ਵਿੱਚ ਬੈਠੇ ਰਹੋ ਜਨਰੇਟਰ ਚੱਲੀ ਜਾਂਦਾ ਹਾਂ ਟਾਈਮ ਆਪਣਾ ਮਨੋਰੰਜਨ ਦਾ ਪੂਰਾ ਪੂਰਾ ਹੈ ਬਈ ਤੂੰ ਜੇ ਜਨਰੇਟਰ ਤੇ ਖੜਾ ਟਰੈਕਟਰ ਯਾਰ ਤੂੰ 2 ਘੰਟੇ ਭਲਾ ਘੰਟਾ ਸੌ ਵੀ ਸਕਦਾ ਵਿੱਚ ਕਿਉਂਕਿ ਕੂਲਿੰਗ ਹੀ ਇੰਨੀ ਇਹਦੀ ਸਹੀ ਗੱਲ ਆ ਹਾਂ ਬਾਕੀ ਇੰਜਨ ਐਡਾ ਕੂਲਿੰਗ ਦੀ ਇਹਨੂੰ ਕੋਈ ਪਰਵਾਹ ਹੀ ਕੋਈ ਨਹੀਂ ਲੱਗਣ ਚੱਲਣ ਸਾਰੀ ਇਹਨੇ ਆਉਂਦੀ ਐ ਪੂਰਾ ਮਤਲਬ ਕਿ ਠਾਰ ਦੇਣਾ ਸਾਰਾ ਕੁਛ ਆਪਾਂ ਕਹਿ ਦਿੰਦੇ ਵੀ ਆਮ ਟਰੈਕਟਰ ਜੇ ਏਸੀ ਕੈਬਨ ਤੇ ਲਾਵਾਂਗੇ ਘੱਟੋ ਘੱਟ 5 HP ਤੱਕ ਦੇ ਕਰੀਬ ਰੌਣ ਕਰਦਾ ਲੈਂਦਾ ਲੈਂਦਾ ਨਾ ਹਾਂਜੀ ਹਾਂਜੀ ਇਹਨੂੰ ਤਾਂ ਵੱਡਾ HP ਫਿਰ ਇਹਨੂੰ ਤਾਂ ਪਰਵਾਹ ਹੀ ਕੋਈ ਨਹੀਂ ਇਹਨੇ ਤਾਂ ਜਦੋਂ ਆਪਦਾ 17-1800 ਚੱਕਰ ਤੇ ਹੋ ਗਿਆ ਏਸੀ ਉਸੀ ਦੀ ਤਾਂ ਇਹਨੂੰ ਪਰਵਾਹ ਹੀ ਨਹੀਂ ਗੀ ਜੀ ਇਹ ਤਾਂ ਸਗੋਂ ਘਟਾਉਣਾ ਪੈਂਦਾ ਸਾਨੂੰ ਬਿਲਕੁਲ ਇੱਕ ਨੰਬਰ ਤੇ ਹੀ ਕਰਨਾ ਪੈਂਦਾ ਇੱਕ ਚੀਜ਼ ਆ ਹਨਾ ਬਈ ਤੁਹਾਨੂੰ ਵੀ ਲੱਗਦਾ ਇੱਥੇ ਵੀ ਆਮ ਆਪਾਂ ਟਰੈਕਟਰ ਦੇ ਦੂਜੇ ਦੋਨੋਂ ਸਾਈਡ ਮੜਗਾੜ ਤੇ ਬੰਦੇ ਬੈਠ ਜਾਂਦੇ ਆ ਚਾਰ ਵੀ ਬਹਿ ਜਾਂਦੇ ਆ ਟੋਟਲ 5 ਜਣੇ ਬੈਠ ਜਾਂਦੇ ਬਹਿ ਜਾਂਦੇ ਇਹਦੇ 'ਚ ਇੱਕ ਬੰਦਾ ਹੀ ਬੈਠੂਗਾ ਹਾਂ ਇਹ ਤਾਂ ਬਸ ਖਾਸ ਹੀ ਇਹਦੇ ਤੇ ਚੈੱਕ ਹੀ ਬਹਿਣਾ ਵੀ ਕੋਈ ਹੋਰ ਆ ਕੇ ਵਿੱਚ ਲਿਬੜਿਆ ਤੜੇ ਬੜਿਆ ਵੜ ਜੂਗਾ ਨਾ ਤੂੰ ਬੈਠਾ ਲੀੜੇ ਲੂੜੇ ਪਾ ਕੇ ਐਂ ਨਿਕਲ ਤੇ ਜ਼ਿਆਦਾ ਬਾਜ਼ਾਰ ਜਾ ਕਿਸੇ ਦੇ ਵਿਆਹ ਇਹਦਾ ਚੀਜ਼ ਦਾ ਫਾਇਦਾ ਬਾਈ ਹੈ ਨਾ ਹਾਂ ਬਾਕੀ ਐਂ ਯਾਰ ਭਲਾ ਸਾਰੀ ਦਿਹਾੜੀ ਤੂੰ ਵਾਹੀ ਜਾ ਹਾਂਜੀ ਤੈਨੂੰ ਕੋਈ ਦਿੱਕਤ ਨਹੀਂ ਠੀਕ ਹੈ ਬਾਈ ਬੰਦੇ ਨੂੰ ਜਿਹੜਾ ਮਤਲਬ ਕਿ ਅਕਲਗਾਨੀ ਤੇ ਥਕਾਵਟ ਬੰਦੇ ਰੇਤਾ ਪੈਂਦਾ ਉਦੋਂ ਆਉਂਦੀ ਆ ਜਦੋਂ ਬੰਦੇ ਨੂੰ ਮੁੜਕਾ ਅਕਲਗਾਨੀ ਮਿੱਟੀ ਘੱਟਾ ਉੱਤੇ ਆਊਗਾ ਉਦੋਂ ਬੰਦੇ ਨੂੰ ਥਕਾਵਟ ਆਊਗੀ ਇਹਦੇ ਵਿੱਚ ਤਾਂ ਕੂਲਿੰਗ ਰਹਿਣੀ ਆ ਜੀ ਪਾਣੀ ਵੀ ਪੀਣ ਨੂੰ ਅੰਦਰ ਠੰਡਾ ਹੀ ਰਹਿਣਾ ਕਿਉਂਕਿ ਰਹਿਣੀ ਸਾਰੇ ਵਿੱਚ ਹੀ ਰਹਿਣਾ ਫਰਿੱਜ ਟਾਈਪ ਹਾਂ ਫਰਿੱਜ ਟਾਈਪ ਆ ਤੇ ਇਹਦੇ ਬਸ ਜਦੋਂ ਆਪਾਂ ਨਿਕਲਣਾ ਨਾ ਬਾਹਰ ਉਦੋਂ ਕੋਈ 5-7 ਮਿੰਟ AC ਨੂੰ ਪਹਿਲਾਂ ਘਟਾ ਦਿਓ ਠੀਕ ਹੈ ਬਾਈ
ਕਿਉਂਕਿ ਯਕਦਮ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਆਪਾਂ ਗਰਮ ਸ਼ਰਦ ਵੀ ਹੋ ਸਕਦੇ, ਇਹ ਵੀ ਹੈ। ਹਾਂ ਉਹ ਤਾਂ ਆਪਾਂ ਉਹ ਥੋੜ੍ਹਾ ਜਿਹਾ ਐਂ ਆ ਵੀ ਜਦੋਂ ਆਪਾਂ ਜਿਵੇਂ ਮੰਨ ਕੇ ਚੱਲੋ ਵੀ ਹੁਣ ਖੇਤੋਂ ਆਪਾਂ ਘਰੇ ਆਉਣਾ ਜੀ, ਤੇ ਆਉਂਦੇ ਦਾ ਉੱਥੋਂ ਏਸੀ ਕੱਟ ਦਿਓ ਉਨੀ ਉਨੀ ਕੂਲਿੰਗ ਉਨੀ ਹੌਲੀ 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 ਕੂਲਿੰਗ ਘਟਦੀ ਜਾਊਗੀ, ਘਰੇ ਆ ਕੇ ਤੁਸੀਂ ਆਪਦਾ ਬਾਹਰ ਨਿਕਲੋ। ਬਿਲਕੁਲ, ਵੀ ਆ ਕੇ ਯਕਦਮ ਜੇ ਆਪਾਂ ਕੂਲਿੰਗ ਦੇ ਵਿੱਚੋਂ ਬਾਹਰ ਨਿਕਲਾਂਗੇ ਤਾਂ ਫਿਰ ਆਪਣਾ ਨੁਕਸਾਨ ਹੈ, ਨੁਕਸਾਨ ਹੈਗਾ ਹਨਾ ਬਾਈ। ਤੇ ਇਹ ਪੰਪ ਇੱਥੇ ਸੀਗਾ ਪਹਿਲਾਂ, ਪੰਪ ਇੱਥੇ ਰੋਟਰ ਸੀਗਾ ਜੀ, ਹੁਣ ਇਨਲਾਈਨ ਆ ਲੱਗਿਆ ਹੋਇਆ। ਹੁਣ ਮੈਕੋ ਨੇ ਬਾਈ ਜੱਗੇ ਨੇ ਮੈਕੋ ਪੰਪ ਤੇ ਜਿਹੜਾ ਇੱਕ ਟਰਬੋ ਚੇਂਜ ਕੀਤੀ ਆ ਅੰਦਰੋਂ, ਹੁਣ ਜਿਹੜੀ ਉਹਦੇ ਇੰਜਣ ਦੀ ਉਹਦੀ ਜਿਹੜੀ ਕਲਾ ਗਈ ਹੱਥ ਦੀ ਸਫਾਈ ਆ, ਹੁਣ ਉਹ ਉਹਦੇ ਉਹਨੂੰ ਪਤਾ ਵੀ ਜਿਹੜੀ ਪੇਕ ਅਪ ਇੰਨੀ ਟਰੈਕਟਰ ਨੇ ਵੱਧ ਗਈ, ਡੀਜ਼ਲ ਖਰਚਾ ਘਟ ਗਿਆ। ਘਟ ਗਿਆ ਕਿ ਹਾਂ ਡੀਜ਼ਲ ਖਰਚਾ ਕਿੰਨਾ ਕੋਈ ਕੱਢਿਆ ਸੀ ਪਹਿਲਾਂ? ਇਹ ਤਕਰੀਬਨ ਘੰਟੇ ਦਾ ਲੀਟਰ ਸਵਾ ਲੀਟਰ ਡੇਢ ਲੀਟਰ ਵਾਂਗੂ, ਜੇ ਆਪਾਂ ਆਪ ਥੋੜ੍ਹਾ ਜਿਹਾ ਮਤਲਬ ਕਿ 16-17 ਤੇ ਵਾਹੀਏ ਕਿੰਨੇ, ਡੇਢ ਲੀਟਰ 15 ਹਾਲਾਂ ਤੇ, 15 ਹਾਲਾਂ ਤੇ ਠੀਕ ਆ, ਡੇਢ ਲੀਟਰ ਘੰਟੇ ਦਾ ਘਟਾ ਗਿਆ ਤੇਲ। ਪਹਿਲਾਂ ਕਿੰਨਾ ਖਾਂਦਾ? ਪਹਿਲਾਂ ਜਾਂਦਾ ਸੀ ਇਹ 11-11.5 ਲੀਟਰ ਨੂੰ ਕਿੱਲੇ ਦਾ, ਹਾਂ ਘੰਟੇ ਦਾ, ਘੰਟੇ ਦਾ ਹਾਂ। ਤੇ ਹੁਣ ਮਤਲਬ ਘਟਾ ਗਿਆ ਤੇਲ ਘਟਾ ਗਿਆ, 10 ਕੁ ਰਹਿ ਗਿਆ ਜਦੋਂ ਚੱਕਰ ਹੀ ਤੋੜਨੋਂ ਹਟ ਗਿਆ, ਇੰਜਣ ਹੌਲਾ ਹੋ ਗਿਆ। ਬਿਲਕੁਲ ਬਈ, ਤੇ ਉਹਦੇ ਨਾਲ ਇਹਦਾ ਸਾਰਾ ਫਰਕ ਪੈ ਗਿਆ ਜੀ। ਬਿਲਕੁਲ ਹਾਂ, ਸਹੀ ਹੈ। ਤੇ ਬਾਕੀ ਬ੍ਰਾਂਡ ਆ ਤੁਹਾਨੂੰ ਪਤਾ, ਜੌਂਡੀ ਫੇਰ ਬ੍ਰਾਂਡ ਆ। ਬਾਕੀ ਜਦੋਂ ਵੀ ਆਪਾਂ ਇਹ ਟਰੈਕਟਰ ਲਏ ਆ, ਹਾਂਜੀ ਬਾਈ, ਇਹ ਲਿਆ ਪਹਿਲਾਂ ਜੀ, ਤੇ ਸਭ ਤੋਂ ਪਹਿਲਾਂ ਆਪਾਂ ਨੰਬਰ ਵੀ ਇਹਦਾ ਇਹੀ ਲਿਆ ਸੀ। ਮੈਂ ਪਹਿਲਾਂ ਪੁੱਛਣ ਲੱਗਿਆ ਸੀ, ਆਪਾਂ ਗੱਲ ਹੋ ਚੁੱਲ ਜਗੇ ਸੀ ਹਨਾ, ਉਦੋਂ ਬਾਅਦ ਇਹ ਲਿਆ, ਇਹਦਾ ਨੰਬਰ ਵੀ ਆਪਾਂ ਇਹੀ ਲਿਆ। ਇਹ ਫਿਰ ਨੰਬਰ ਚੁਆਇਸ ਵਾਲੇ ਹੁੰਦੇ? ਚੁਆਇਸ ਵਾਲੇ ਨੰਬਰ ਆ, ਇਹ ਮਿਲ ਜਾਂਦੇ ਆਮ ਜਗੇ ਨਵਾਂ ਟਰੈਕਟਰ ਕਢਾਉਂਦਾ। ਹਾਂ ਹਾਂ, ਇਹ ਤਾਂ ਥੋੜਾ ਜਿਹਾ ਤੁਸੀਂ ਆਪਦਾ ਭੱਜ ਨੱਠ ਕਰਨੀ ਪੈਂਦੀ ਆ, ਮਾੜਾ ਅਗਲੇ ਨੂੰ ਦੱਸ ਦੇਵੇ ਅਸੀਂ ਤਾਂ ਬਈ ਆਹ ਹੀ ਲੈਣਾ। ਠੀਕ ਆ, ਆਪਦੀ ਕੋਈ ਸੀਰੀਅਸ ਚੇਂਜ ਹੁੰਦੀ ਰਹਿੰਦੀ, 51 ਵਾਲੀ ਲੰਘ ਗਈ ਜਦੋਂ 6 ਆ ਗਿਆ, 51 ਵਾਲੀ ਲੰਘ ਗਈ ਤੇ ਇਹਦੇ ਉਦੋਂ ਇਹਦੀ ਚੱਲੀ ਜਾਂਦੀ ਸੀ, ਆਪਾਂ ਇਹ ਨੰਬਰ ਲਿਆ ਜੀ ਜੀ। ਬਿਲਕੁਲ, ਬਾਕੀ ਆਹ ਸੀ ਹੁਣ ਗੱਲਬਾਤ ਸੀ ਬਾਈ ਨੇ ਆਹ ਦਾ ਵੀ ਇਹਦੇ 'ਚ ਆਹ ਕਮੀ ਆਉਂਦੀ ਹੈ ਜੌਂਡੀਅਰ 'ਚ, ਬਸ ਇਹਦੇ 'ਚ ਆਹ ਸਮੱਸਿਆ ਆਈ ਆ ਜਿਹੜੀ ਆਹ ਥੋੜ੍ਹਾ ਜਿਹਾ ਰਗੜਾ ਜਿਹਾ ਨੂੰ ਪਈ ਜਾਂਦਾ ਅੱਗੋਂ। ਹਾਂਜੀ 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 ਬਿਲਕੁਲ, ਅਤੇ ਇਹ ਹੁਣ ਕੰਪਨੀ ਨੂੰ ਆਪਾਂ ਭੇਜਾਂਗੇ, ਭੇਜਿਆ ਵੀ ਆ ਮੈਸੇਜ, ਬਾਕੀ ਤੁਹਾਡੀ ਵੀਡੀਓ ਵੀ ਵੇਖ ਲੈਣ ਤਾਂ ਉਹ ਕੰਪਨੀ ਨੂੰ ਪਾਉਣ ਮੇਲ ਵੀ ਭਾਈ ਆਹ ਥੋੜ੍ਹਾ ਜਿਹਾ ਸੁਧਾਰੋ ਜੀ। ਤੇ ਬਾਕੀ ਕੋਈ ਕਮੀ ਹੈ ਨਹੀਂ, ਟਰੈਕਟਰ ਦੀ ਰਿਪੇਅਰ ਹੀ ਹੈ ਨਹੀਂ ਯਾਰ, ਮੈਸਤਰੀ ਵਿਹਲੇ ਕਰਤੇ। ਤੂੰ ਇੱਕ ਗੱਲ ਸੁਣੀ, ਕਹਿੰਦੇ ਕਈ ਪੀੜੀਆਂ ਲੰਘਾ ਦਿੰਦਾ ਚਾਹੁੰਦੀ? ਹਾਂ ਹਾਂ, ਇਹ ਹੈਗੀ ਹੈ ਸੱਚ ਬਈ? ਹੈਗੀ ਆ ਜੀ, ਕੋਈ ਦਿੱਕਤ ਨਹੀਂ ਹੈ, ਰਿਪੇਅਰ ਹੀ ਹੈ ਨਹੀਂ ਟਰੈਕਟਰ ਦੀ। ਠੀਕ ਹੈ, ਹੁਣ 61 ਕਿੰਨਾ ਮਸ਼ਹੂਰ ਸੀਗਾ ਤੇ ਉਹਦੀ ਰਿਪੇਅਰ ਬਹੁਤ ਸੀ। ਉਹ ਫਿਰ ਸਮਾਨ ਦੀ ਕੁਆਲਿਟੀ ਜਿਵੇਂ ਹੁਣ ਬੰਦ ਹੋ ਗਿਆ, ਹੁਣ ਸਮਾਨ ਜਿਹੜਾ ਉਹ ਕੰਪਨੀ, ਪਰ ਹਜੇ ਤਾਈਂ ਉਹਦਾ ਵੀ ਚਲੋ ਨਾਂ ਚੱਲੀ ਜਾਂਦਾ, ਪਰ ਰਿਪੇਅਰ ਜ਼ਿਆਦਾ ਉਹਦੀ। ਹਾਂ, ਇਹਦੀ ਇਹਨਾਂ ਦੀ ਰਿਪੇਅਰ ਹੀ ਹੈ ਨਹੀਂ, ਏਜੰਸੀ 'ਚੋਂ ਹੀ ਸਾਰਾ ਕੁਛ ਮਿਲਣਾ, ਬਾਹਰੋਂ ਇਹਦਾ ਕੁਛ। ਅਤੇ ਬਾਕੀ ਬਾਈ ਨੇ ਸਾਰਾ ਤੁਹਾਨੂੰ ਹੁਣ ਜੌਂਡੀਅਰ ਬਾਰੇ ਦੱਸ ਹੀ ਦਿੱਤਾ ਗਾ, ਜਿਹੜਾ ਮੋਡੀਫਿਕੇਸ਼ਨ ਕਿਉਂ ਕਰਵਾਈ ਸੀਗੀ ਅਤੇ ਇੱਧਰ ਵਾਲੇ ਜਿਹੜਾ ਜੌਂਡੀਅਰ ਬਾਰੇ ਵੀ ਦੱਸਤੀ ਸਾਰੀ ਜਾਣਕਾਰੀ, ਹੈ ਨਾ। ਅਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ, ਹੈ ਨਾ। ਹਾਂਜੀ, ਅਤੇ ਦੋਸਤੋ ਮਿਲਦੇ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਧੰਨਵਾਦ ਜੀ।